रमन है गाल सुना। आगे भैन जी मैं तैयार तो हुई हाँ जावा बड़ा लेट पड़ी हो गई अगे। मेरी गाल सुनो हाँ। शामी तो तुही आए जे हुन तुही तुर भी पए जे रहो हां तुही अज दा दिन। गाल सुन मेरी भाई तेरे ने मेरा दिवाली होना जांदे आई ओ नहीं हुंदे ला आई अगे तू ते तू टाइम ना आंदी कर। कुछ नहीं कहिंदे पाजी संदीप आ मैनू माड़े माड़े सिले लगन डे बहु इन्हां नू सुकणे ही पा दे। पा दे नहीं पाजी कोई गल नहीं ताडी दराणी रोटी पका दूगी ते एक दिन रह पो। हां गाल सुन मेरी एक रात जिहड़ी लाई है ना ओ दराणी सिर ते लाई है भी चलो रोटी पका ही दूगी। हुण उन्हां पता की कहना तेनू नहीं पता गा भी घर दा सौ काम आ झोना वढाउण वाला जाके वांडे बैठी है। लै दस कल दे गल्लां बातां करन डे आ ते मन लगा हीगा हुण तुसीं चल गए ना होर तरह हुणावां मैं ते क्या आए जे एक दिन होर रह पो। मैनू तो जदों ये पता लगा भी जोबा छुट्टी आया तो मेरे को रहा ही नहीं गया मैं तां मिलन आ गई। चल वधिया कीता के भैन भरावां नूं हुंदा ही आ हुण मासी वेच ते मां वेच किहड़ा फर्क हुंदा वा। रमन जोबा नूं छुट्टी आया ना ते किसे नूं लिया के ना पिंड आई नाल। कोई गल नहीं ਅਸੀਂ ਸਾਰੇ ਜਣੇ ਹੀ ਆਵਾਂਗੇ ਕਿਸੇ ਦਿਨ। ਚੱਲ ਸਾਰੇ ਜਣੇ ਆਇਓ ਨਾਲ ਲੈ ਆਇਓ ਸੰਦੀਪ ਨੂੰ। ਹਾਂ ਕੋਈ ਨਹੀਂ ਸੰਦੀਪ ਨੂੰ ਵੀ ਨਾਲ ਹੀ ਲੈ ਕੇ ਆਵਾਂਗੇ। ਅਤੇ ਗੱਲ ਸੁਣ ਮੈਂ ਹੁਣ ਡੀਕਣਾ ਆ ਅਤੇ ਇਹ ਨਾ ਹੋਵੇ ਅਤੇ ਤੁਸੀਂ ਉਹ ਹੀ ਨਾ। ਨਹੀਂ ਨਹੀਂ ਝੋਨੇ ਦਾ ਕੰਮ ਸਾਂਭਿਆ ਜਾਂਦਾ ਨਾ ਫਿਰ ਵਿਹਲੇ ਹੋ ਕੇ ਆਵਾਂਗੇ। ਚੱਲ ਰਮਨ ਫਿਰ ਮੈਂ ਜਾਂਦੀ ਹਾਂ ਨਾ। ਜੋਬਨ ਮੈਂ ਛੱਡਿਆ ਪੁੱਤ ਫਿਰ ਤੂੰ। ਚਲੋ ਮਾਸੀ ਜੀ ਫਿਰ ਚਲੋ ਚੱਲੀਏ। ਚੱਲ ਠੀਕ ਹੈ ਆਜੀ ਪੁੱਤ। ਲੈ ਦੱਸ ਤੋਰ ਵੀ ਪਈ ਆ। ਕੋਈ ਨਹੀਂ ਫਿਰ ਆਉਂਗੀ ਹੈਂ। ਹੁਣ ਮਿਲ ਗਿਆ ਤਾਂ ਲਿਆ ਆ। ਰਮਨ ਗੱਲਾਂ ਤਾਂ ਮੁੱਕਦੀਆਂ ਨਹੀਂ ਗੇ ਭੈਣਾਂ ਦੀਆਂ। ਦਿਲ ਤਾਂ ਮੇਰਾ ਵੀ ਨਹੀਂ ਕਰਨ ਡਿਆ ਜਾਣ ਨੂੰ। ਪਰ ਨਾ ਹੁਣ ਤੂੰ ਵੀ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਨਾ ਆਈ ਪਿੰਡ। ਕੋਈ ਗੱਲ ਨਹੀਂ ਭੈਣ ਜੀ ਮੈਂ ਆਉਂਗੀ ਕਿਸੇ ਦਿਨ। ਚੱਲ ਚੰਗਾ ਫਿਰ ਹੈ। ਚੰਗਾ ਠੀਕ ਹੈ ਸੰਦੀਪ। ਚੰਗਾ ਮੈਸ ਚੰਗਾ ਬਾਓ ਆਇਓ ਫਿਰ ਹੈ। ਠੀਕ ਮੈਂ ਡੀਕਣਾ ਆਇਆ ਸਾਰਿਆਂ ਨੂੰ ਨਾਲ ਲੈ ਕੇ ਆਈ। ਕੋਈ ਨਹੀਂ ਆਵਾਂ ਬੈਠੋ ਜਬਨ ਬਹਿ ਜਾ ਸੰਦੀਪ। ਚੱਲ ਮਾਸੀ ਤੇਰੀ ਆਈ ਸੀ ਵਾਹਵਾ ਰੌਣਕ ਜਿਹੀ ਲੱਗੀ ਸੀ ਕੱਲ ਦੀ। ਹਾਂਜੀ ਤੇ ਉਹ ਕਿੱਥੇ ਗਏ ਆਪਣਾ ਦਲਜੀਤ ਤੇ ਤੇਰੇ ਡੈਡੀ? ਉਹ ਪੈਲੀ ਵੱਲ ਗਏ ਆ। ਅੱਛਾ ਝੋਨਾ ਵਢਾਉਣਾ ਹੁਣਾਵਾਂ ਤੇ ਡਏ ਹੋਣੇ ਆ। ਹਾਂਜੀ ਹਾਂਜੀ ਤੇ ਮੈਂ ਤੇਰੇ ਨਾਲ ਗੱਲ ਕਰਨੀ ਸੀ ਇੱਕ। ਮਾਸੀ ਤੇਰੀ ਨੇ ਇੱਕ ਰਿਸ਼ਤੇ ਦੀ ਦੱਸ ਪਾਉਣ ਡਈ ਆ। ਅੱਛਾ ਹਟਣ ਨਹੀਂ ਡਈ ਕਹਿਣ ਡਈ ਆ ਵੀ ਜੋਬਨ ਦਾ ਰਿਸ਼ਤਾ ਕਰ ਲਓ ਤੇ ਤੂੰ ਦੱਸ ਹੁਣ ਕਿੱਦਾਂ ਕਰੀਏ ਆਪਾਂ। ਰਿਸ਼ਤੇ ਦੀ ਗੱਲ ਮੰਮੀ ਇੱਦਾਂ ਵਾ ਕਿ ਮੈਂ ਵੀ ਦੋ ਤਿੰਨ ਕੁੜੀਆਂ ਵੇਖੀਆਂ ਵਾਂ। ਅੱਛਾ ਅਤੇ ਇੱਕ ਸਰਕਾਰੀ ਟੀਚਰ ਵਾ ਜੇ ਤੁਹਾਡਾ ਮਨ ਕਰਦਾ ਤਾਂ ਵੇਖ ਲਓ ਮੈਂ ਗੱਲ ਕਰ ਲੈਂਦੀ ਉਹਨਾਂ ਨਾਲ। ਗੱਲ ਤਾਂ ਤੇਰੀ ਠੀਕ ਆ ਚੱਲ ਇਹ ਆ ਵੀ ਨੌਕਰੀ ਮਿਲਦੀ ਵੀ ਨਹੀਂ ਗੀ ਪਰ ਮੈਨੂੰ ਇਹ ਆ ਵੀ ਮਾਸੀ ਤੇਰੀ ਗੁੱਸੇ ਨਾ ਹੋ ਜੇ ਵੀ ਤੇਰਾ ਵੀ ਉਹਨੇ ਕਰਵਾਇਆ ਤਾਂ ਹੁਣ ਵੀ ਉਹ ਘੜੀ ਘੜੀ ਕਹਿਣ ਡਈ ਆ ਵੀ ਪਰਿਵਾਰ ਚੰਗਾ ਵਾ ਅਤੇ ਕੁੜੀ ਵੀ ਚੰਗੀ ਆ ਜਿਹੜੀ ਮੈਂ ਵੇਖੀ ਆ। ਚੱਲ ਵੇਖ ਲਓ ਤੁਸੀਂ ਡੈਡੀ ਨਾਲ ਇੱਕ ਵਾਰੀ ਸਲਾਹ ਕਰ ਲਿਓ ਕੀ ਕਹਿੰਦੇ ਡੈਡੀ। ਚਲੋ ਕੋਈ ਗੱਲ ਨਹੀਂ ਆਪਾਂ ਸਾਰੇ ਜਣੇ ਬਹਿ ਕੇ ਇੱਕ ਵਾਰ ਸਲਾਹ ਕਰ ਲੈਂਦੇ ਹਾਂ ਜਿੱਦਾਂ ਕਹਿਣਗੇ ਉੱਦਾਂ ਹੀ ਕਰ ਲਾਂਗੇ। ਆਹੋ ਜੇ ਉੱਧਰ ਮਨ ਕਰੂਗਾ ਤਾਂ ਫਿਰ ਉੱਧਰ ਵੇਖ ਲਾਂਗੇ ਸਰਕਾਰੀ ਟੀਚਰ ਵੱਲ। ਹੁਣ ਇਹ ਵੀ ਉਮਰ ਵਾ ਇਹਦੀ ਵੀ ਤਾਂ ਕਰਨਾ ਚਾਹੀਦਾ ਵਾ। ਹਾਂਜੀ ਹਾਂਜੀ ਅਤੇ ਹੁਣ ਤਾਂ ਸਾਰੇ ਕਹਿਣ ਡਏ ਭੈਣ ਭਰਾ ਵੀ ਕਰੋ ਅਤੇ ਮੁੜ ਕੇ ਅਸੀਂ ਨਾ ਨਾ ਕੀਤਾ ਅਤੇ ਕਿਸੇ ਨੇ ਕਹਿਣਾ ਨਹੀਂ ਗਾ ਸਾਨੂੰ ਕਹਿਣਾ ਪੈਣਾ ਵੀ ਮੁੰਡੇ ਦਾ ਰਿਸ਼ਤਾ ਕਰਾਓ। ਇਹ ਤਾਂ ਗੱਲ ਸਹੀ ਹੈ ਮੰਮੀ। ਡਰ ਜੀ ਉਤਲੀਏ ਪੱਠੇ ਉਹ ਗੋਲੀ ਮਾਰ ਯਾਰ ਹੁਣ ਥੱਕ ਗਏ ਵਿਹਲੇ ਹੋ ਜਾਾਂਗੇ। ਉਹ ਥੱਕ ਗਏ ਸ਼ਾਮਾਂ ਨੂੰ ਕੁਤਰ ਲਾਂਗੇ ਨਾਲੇ ਧੁੱਪ ਚੜ ਜਾਣੀ ਇਹ ਸੁੱਕ ਜਾਣੇ ਆ। ਚਲੋ ਮੈਂ ਢੱਕ ਦੇਣਾ ਰਹਿਣ ਦੇ। ਲੈ ਯਾਰ ਵਿਚੋਲੇ ਦਾ ਫੋਨ ਆ ਗਿਆ ਜੀ ਇਹਨੂੰ ਮੈਂ ਕੀ ਕਹਾਂ ਹੁਣ। ਹੈਲੋ ਉਹ ਬਲਜੀਤ ਸਿੰਘ ਜੀ ਕੀ ਹਾਲ ਚਾਲ ਨੇ? ਠੀਕ ਠਾਕ ਬਸ ਵਧੀਆ ਵਧੀਆ। ਉਹ ਯਾਰ ਜਿਹੜਾ ਤੁਸੀਂ ਕੰਮ ਕਿਹਾ ਸੀ ਨਾ ਉਹ ਮੈਂ ਲੱਗਾ ਅਜੇ ਗੱਲਬਾਤ ਕਰਨ ਅਤੇ ਜੋਬਨ ਦੀ ਨਾ ਮਾਸੀ ਆ ਗਈ ਰਾਤੀ ਅਤੇ ਉਹ ਗੱਲਾਂ ਹੋਰ ਹੀ ਕਰਦੇ ਰਹੇ ਅਤੇ ਕੋਈ ਗੱਲ ਨਹੀਂ ਮੈਂ ਹੁਣੇ ਗੱਲ ਕਰਕੇ ਅਤੇ ਫਿਰ ਮੈਂ ਤੁਹਾਨੂੰ ਦੱਸਣਾ। ਹਾਂ ਹਾਂ ਨਹੀਂ ਯਾਰ ਮੈਂ ਆਪ ਹੀ ਕਰ ਦੇਣਾ ਤੈਨੂੰ ਫੋਨ। ਚਲੋ ਠੀਕ ਆ ਜੀ ਓਕੇ। ਮੇਰਾ ਇਰਾਦਾ ਰਮਨ ਨਾਲ ਗੱਲ ਕਰ ਹੀ ਲੈਂਦਾ ਵਾਂ ਜੋਬਨ ਛੁੱਟੀ ਤਾਂ ਆਇਆ ਹੀ ਆ ਅਤੇ ਜੇ ਚੰਗਾ ਹੋਊਗਾ ਰਿਸ਼ਤਾ ਤਾਂ ਕਰ ਹੀ ਲਵਾਂਗੇ ਮੈਂ ਕਰਦਾ ਗੱਲ ਉਹਦੇ ਨਾਲ। ਰਮਨ ਹਾਂਜੀ ਉਹ ਗੱਲ ਸੁਣ ਆ ਗਈ ਜੀ। ਹਾਂਜੀ ਮੇਰੀ ਗੱਲ ਸੁਣ ਭੈਣ ਜੀ ਹੁਣੀ ਚੱਲ ਗਏ ਆ। ਭੈਣ ਜੀ ਚੱਲ ਗਏ ਆ ਸੁਖਤੇ ਹੀ? ਉਹ ਕਹਿਣ ਡਏ ਸੀ ਵੀ ਝੋਨਾ ਵਢਾਉਣਾ ਵਾ ਤਾਂ ਕੰਬਾਈਨ ਕਹੀ ਆ। ਚੱਲ ਰੋਟੀ ਪਾਣੀ ਖਾ ਕੇ ਚੱਲ ਜਾਂਦੇ। ਮੈਂ ਤਾਂ ਬੜਾ ਜ਼ੋਰ ਲਾਇਆ ਸੀ ਮੈਂ ਤਾਂ ਇੱਥੋਂ ਤੱਕ ਗਿਆ ਸੀ ਵੀ ਅੱਜ ਰਹੋ ਕੱਲ੍ਹ ਦੀ ਕਿੰਨੀ ਰੌਣਕ ਲੱਗੀ ਆ। ਅੱਛਾ ਕਹਿੰਦੇ ਨਹੀਂ ਝੋਨਾ ਨਾ ਵਢਾਉਣਾ ਹੁੰਦਾ ਫਿਰ ਭਾਵੇਂ ਮੈਂ ਰਹਿ ਹੀ ਪੈਂਦੀ। ਅਤੇ ਉਹ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਗੱਲ ਕਰਨੀ ਸੀ ਇੱਕ ਸ਼ਿਕਾਰੋਂ ਮੁੰਡਾ ਨਹੀਂ ਆ। ਕਿਹੜਾ? ਬਲਜੀਤ ਜਿਹੜਾ ਅੱਗੇ ਵੀ ਆਪਣੇ ਘਰ ਆਉਂਦਾ ਹੁੰਦਾ ਆਹੋ ਦੋਸਤ ਮੇਰਾ ਆਹੋ ਉਹ ਰਿਸ਼ਤਾ ਕਰਾਉਣ ਡਿਆ ਵਾ ਜੋਬਨ ਨੂੰ।
तो मैनू कल भी उन्हें फोन किया तो मैं भुल गया चेता वो भैन जी हुणी आ गए ना रात। अच्छा तो हुण उहदा फिर फोन आउण डिया तो मैं रमन नाल गलबात करके फिर मैं दसना तैनूं रिश्ते दी तुहानूं की गल मैं दसां। भैन जी भी कहण डए आ वी मेरी तक विच कुड़ी इक हैगी आ परिवार भी चंगा वा ते कुड़ी भी चंगी आ। मैं चल कोई गल नहीं घर विच सलाह करके तुहानूं दसांगे। तो मैं संदीप नाल गल कीती भी मासी तेरी रिश्ते दी दस पाउण डई आ। की कहिंदी फिर? ते गाड़ियों संदीप भी कहिंदी भी मैं भी दो तीन कुड़ियां वेखियां वा ते एक कुड़ी तो सरकारी टीचर आ। अच्छा। मम्मी वेख लो। तो मैं चुप जे कर गई। मैं भी हुण इस काम दे विच तो बंदा फस ही जांदा वा जे भैन दी मन्नी तो नौ नाराज तो जे नौ दी मन्नी तो भैन नाराज। तू इदां कर हां दोवां नूं रहण दे ते इह बलजीत वाला रिश्ता कर लैने वेख लैने आ। चलो ओह ते तुहाडी गल ठीक आ ओह रिश्ता कर लांगे पर इन्हां दोवां जाणियां ना सलाह ते करनी पैणी आ ना भी ओह वी बड़ा जोर पाउण डिया वा। तू पहलो फोन ते दस दी ना भैन जी हुणां नूं। हाँ। ते संदीप नूं फिर मैं समझा दूंगा भी वेखा विखाई कर लैने जे तो पसंद आजू तो ठीक आ ना तो फिर तुहाडे वाला कर लाँगे। मैं तो उदा इहो गल ही कही ही मैं हां कोई गल नहीं आपां सारा परिवार बवांगे तो सलाह कर लाँगे जिदा तुहाडा दिल करो उदा ही कर लियो। हुण नौ धी नूं इहो गल ही कहनी हुंदी आ हुण सीधा जवाब तो दिता नहीं जाता भी नहीं रिश्ता करना। रमन तूं सोचण डई आ भी मुंडे दा विआह करतीए वो दोवें भरा गंडासे लागे खलो के गल्लां करन डए ही भी वख वख कोठियां पा लईए। वखो वख ये तो ही कहन डे जी वो एक गंडासे लागे खलो के डे ही गल्ला करना जो बंदे दलजीत है। हाँ दोवें भरा ही तो तू ही लागे ही। मैं लागे गया फिर मैंने जो बंदे दस्या ना। हाँ तो वो मैंने कहन डेया भी गली तो अगले पासे पा लेने ये गल तो मैं सोची नहीं भी इन्हें हुणे वख हो जाना वा इस कारण की होया वा। रमन पता गल की है उन्हां दी सोच कुछ होर वा उन्हां नूं ये है कि लड़ाई ना पए मुड़ के घर च जनानिया की आपस चोदी बनती नहीं है। ले आ ही गए कर ही लेने गल इन्हों कोई नहीं कर लेंगे। पुत कित्थे गए तुसीं? मैं तो गया ही मासी नूं छड्डण। अच्छा मैं भेज आया जड़ी छड आया फिर। हाँ जी छड आया कहिंदे बसे भाल दे मैनूं। चल मैं फिर इत्थे अड्डे ते भाल के आ गया। कोई नहीं जाके गेट अगे तो बस रुकनी है। पुत अहीं तुहानूं पाल के पढ़ा के नौकरी ते लवा के एडे कीता अहीं ते सोचिया ही तुहाडे दोवां दे विआह होणगे ते कट्ठे रहांगे तुसीं पहलां ही वख होण दीआं तैयारियां करन डए जे। ये मेरे को नहीं जरिया जान डिया घर नहीं अजे अं वखरा बना अहीं कट्ठे ही रहना वा। मम्मी नहीं तुसीं गलत समझ गए अहीं ते इहो सलाह करन डए हां दोवें जणे कि चल हुण ते आपां इक दूजे नाल बोलदे चलदे हां ते कल नूं मुड़ के जदों विआह हो गया मेरा वी ते की पता समां किद्दां दा आउणा किद्दां दा नहीं ते चल अजे ते आपां एक दूजे दी सौ मदद कर सकदे आ ते घर ते बनाउणा पैणा वा ते हुण बना लैणे आ ते जदों जी करूगा ते अपना समान रेडी कर लांगे। मम्मी आपां दोवें ने सलाह कीती आ अहीं कहिंदे गुस्सा नाल राजी नाल कंडे काम कोई भी दोवें सलाह नाल काम होण डिया है। जोबन मेरा दोस्त नहीं है बलजीत? हाँ जी हाँ जी यार ओहदा दो तीन वारी फोन आया वा। तुसीं कल भी दसण डे सी कि आया वा। ओए आहो ते हुण फिर डिया ही करना ते ओह कहण डिया वी रिश्ते बारे दसो किद्दां करनी है। जोबन करवाला विआह छुट्टी ते आया है तू? मैं तुहानूं कल भी कहण डिया सीगा कि गां घर दा मैं कहिंदा पहलां कर लो ते विआह दा फिर वेख लिओ। हाँ घर वाली गल जिहड़ी है ना मैनूं नहीं ओह चंगी लगी नाले मैं भी गल करनी सी तेरी मासी भी दस पाउण डई रिश्ते दी आंदी भी अगे भी मैं करवाया ते वेख लो परिवार वधिया कुड़ी भी चंगी आ ते हुण भी जिहड़ा मैं करवाऊंगी ना ओह भी परिवार वधिया होऊगा ते कुड़ी भी बड़ी सोहणी आ ते भाभी तेरी भी डई आ दस पाउण। ओ चलो वेख लो हुण विआह ते इक ही होणा वा जिदां तुहानूं ठीक लगदा ना उदां कर लो। ਮੈਂ ਮਾੜਾ ਜਿਹਾ ਪਿੰਡੋਂ ਹੋ ਕੇ ਆ ਗਿਆ ਯਾਰ ਦੋਸਤ ਫੋਨ ਕਰਨ ਡਿਆ ਹਾਂ। ਦਰਜੀਤ ਦੱਸ ਪੁੱਤ ਫਿਰ ਹੁਣ ਕਿੱਦਾਂ ਕਰੀਏ? ਕਿਉਂ ਨਾ ਦੋਵਾਂ ਨੂੰ ਛੱਡੋ ਤੁਹਾਡਾ ਰਿਸ਼ਤਾ ਕਰ ਲੈਂਦੀ ਹਾਂ। ਦਰਜੀਤ ਪੁੱਤ ਦੱਸ ਫਿਰ ਹੁਣ ਕਿੱਦਾਂ ਕਰੀਏ? ਡੈਡ ਜੀ ਜੇ ਮਾਸੀ ਵਾਲਾ ਰਿਸ਼ਤਾ ਕਰ ਲਿਆ ਨਾ ਤਾਂ ਸੰਦੀਪ ਨੇ ਨਾਰਾਜ਼ ਹੋ ਜਾਣਾ। ਜੇ ਸੰਦੀਪ ਵਾਲਾ ਕਰ ਲਿਆ ਤਾਂ ਮਾਸੀ ਨੇ ਨਾਰਾਜ਼ ਹੋ ਜਾਣਾ। ਤੁਸੀਂ ਨਾ ਜਿਹੜਾ ਤੁਸੀਂ ਕਰਵਾਉਣ ਡਿਆ ਨਾ ਉਹ ਕਰ ਲੈਂਦੇ ਹਾਂ। ਤਗਲੀ ਕੀ ਕਹੂਗੀ? ਰਮਨ ਗੱਲ ਪਤਾ ਕੀ ਆ ਇਹ ਲੜਾਈ ਤੋਂ ਡਰਦੇ ਆ ਦੋਵੇਂ ਭਰਾ
ਵੀ ਜਨਾਨੀਆਂ ਮੁੜ ਕੇ ਕੰਮ ਕੁੰਮ ਤੋਂ ਡੈਪਿੰਗੀਆਂ ਲੜਨ ਤੇ ਇਹਦੇ ਵਿੱਚ ਹੀ ਫਾਇਲ ਲੱਗ ਜਾਣਾ ਅਸੀਂ ਉਧਰ ਜਾਵਾਂਗੇ ਕਿ ਇੱਧਰ ਆਵਾਂਗੇ ਤੁਸੀਂ ਆਪਣਾ ਸੋਚ ਲਓ ਫਿਰ ਉਹ ਸੋਚਣਾ ਕੀ ਆ ਜਾਂ ਤੇ ਫਿਰ ਸਾਰੇ ਟੱਬਰ ਨੂੰ ਬਿਠਾਲ ਕੇ ਤੇ ਗੱਲਬਾਤ ਕਰ ਲਈਏ ਗੱਲਬਾਤ ਕੀ ਕਰਨੀ ਆ ਮੁੜ ਕੇ ਗੱਲਾਂ ਹੋਰ ਹੋ ਜਾਂਦੀਆਂ ਹੁੰਦੀਆਂ ਮੈਨੂੰ ਤੇ ਇਹੀ ਦੋ ਤਿੰਨ ਸਾਲ ਤੇ ਤੁਸੀਂ ਇਕੱਠੇ ਕੱਢਦੇ ਚੱਲ ਕੋਈ ਗੱਲ ਨਹੀਂ ਅਗਲੀ ਦੇ ਸੁਭਾਅ ਦਾ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਦਾਂ ਦੀ ਆ ਤੇ ਜੇ ਬਣਾਉਣਾ ਪੈਂਦਾ ਘਰ ਤੇ ਨਾਲ ਹੀ ਤਾਂ ਬਣਾਉਣਾ ਵਾ ਅਸੀਂ ਕਿਹੜਾ ਥਾਂ ਮੁੱਲ ਲੈਣਾ ਉਹ ਕਿਹੜਾ ਜਲਦੀ ਬਣ ਜਾਣਾ ਵਾ ਸਾਲ ਤਾਂ ਲੱਗ ਹੀ ਜਾਣਾ ਉਹਨੂੰ ਵੀ ਹੁਣ ਨੀਹਾਂ ਭਰ ਦਿੰਦੇ ਹਾਂ ਛੇ ਮਹੀਨੇ ਰੁਕ ਜਾਵਾਂਗੇ ਜੇ ਪੁੱਤ ਵਿਆਹ ਕਰ ਲਿਆ ਤੇ ਫਿਰ ਘਰ ਨਹੀਂ ਬਣਨਾ ਕੋਈ ਗੱਲ ਨਹੀਂ ਡੈਡੀ ਲਿਮਿਟ ਬਣਾ ਲਾਂਗੇ ਮਾੜੀ ਮੋਟੀ ਡੈਡ ਜੀ ਤੁਸੀਂ ਜਿੱਦਾਂ ਕਰਨਾ ਨਾ ਉੱਦਾਂ ਹੀ ਕਰ ਲੈਂਦੇ ਹਾਂ ਮੈਂ ਤਾਂ ਇਹ ਚਾਹੁੰਦਾ ਵਾਂ ਕਿ ਮਾਸੀ ਨਾਲ ਰਿਸ਼ਤੇਦਾਰੀ ਨਾਲ ਖਰਾਬ ਹੋਵੇ ਤਾਂ ਸੰਦੀਪ ਨਾਲ ਨਾ ਹੋਵੇ ਚੱਲ ਜੇ ਬਲਜੀਤ ਕਹਿੰਦਾ ਵਾ ਵੀ ਪਰਿਵਾਰ ਚੰਗਾ ਵਾ ਫਿਰ ਵਿਆਹ ਤਾਂ ਕਰਨਾ ਹੀ ਆ ਹੁਣ ਵੀ ਕਰਨਾ ਵਾ ਛੇ ਮਹੀਨੇ ਠਹਿਰ ਕੇ ਵੀ ਕਰਨਾ ਵਾ ਕਰੋ ਫਿਰ ਉਹਦੇ ਨਾਲ ਗੱਲ ਰੱਖ ਲਈਏ ਫਿਰ ਵੇਖ ਵਿਖਾਈ ਰੱਖ ਲਓ ਛੁੱਟੀ ਤੇ ਆਇਆ ਵਾ ਰੱਖ ਲਓ ਚਲੋ ਫਿਰ ਮੈਂ ਉਹਨੂੰ ਫੋਨ ਕਰ ਦਿੰਦਾ ਵਾ ਹਾਂਜੀ ਕਰ ਦੋ ਫੋਨ ਦੀ ਉਹਨੂੰ ਕੰਮ ਨਿਬੇੜੀ ਦਿੰਦੇ ਫਿਰ ਇਹ ਤਾਂ ਮੰਨਿਆ ਹੀ ਆ ਮਨਾ ਲਾਂਗੇ ਇਹਨੂੰ ਕੋਈ ਗੱਲ ਨਹੀਂ ਉਹ ਤਾਂ ਕਹਿਣ ਡਿਆ ਵਾ ਨਾਲੇ ਹੁਣ ਉਮਰ ਹੋਣ ਡਈ ਆ ਕਦੋਂ ਕਰਾਉਣਾ ਵਾ ਨਾਲ ਦੇ ਤਾਂ ਸਾਰੇ ਵਿਆਹੇ ਆ ਤੁਸੀਂ ਕਰੋ ਉਹਨੂੰ ਫੋਨ ਵੀ ਅਗਲਿਆਂ ਨਾਲ ਗੱਲ ਕਰ ਲਾ ਪੱਕੀ ਤੂੰ ਕਰ ਦੋ ਫੋਨ ਤੁਸੀਂ ਕਰਦਾ ਫਿਰ ਮੈਂ ਹਾਂਜੀ ਹਾਂਜੀ ਚੱਲ ਫਿਰ ਮੈਂ ਵੀ ਕਰਕੇ ਕਰਦਾ ਉਹਦਾਂ ਹੈ ਗੱਲ ਨਾਲੇ ਨਾ ਅਗਲਿਆਂ ਨੇ ਵੀ ਪੁੱਛ ਦੱਸ ਕਰਨੀ ਆ ਹਾਂਜੀ ਹਾਂਜੀ ਛੇਤੀ ਤੀ ਵਾਲੇ ਨਹੀਂ ਕਰਦੇ ਹੁੰਦੇ ਚਲੋ ਫੌਜੀ ਆ ਰਿਸ਼ਤਾ ਤੇ ਹੋ ਹੀ ਜਾਣਾ ਤੁਹਾਨੂੰ ਪਤਾ ਹੀ ਰਿਸ਼ਤਾ ਤਾਂ ਹੋ ਹੀ ਜਾਣਾ ਪੁੱਤ ਅਗਲਿਆਂ ਨੇ ਵੀ ਕਹਿਣਾ ਵਾ ਕਦੀ ਮਾਮੇ ਨਾਲ ਸਲਾਹ ਕਰਨੀ ਆ ਕਦੀ ਮਾਸੀ ਨਾਲ ਸਲਾਹ ਕਰਨੀ ਆ ਚਲੋ ਵੇਖਦੇ ਕੀ ਬਣਦਾ ਵਾ ਚੱਲ ਬਲਜੀਤ ਬਹਿ ਤੂੰ ਸੰਦੀਪ ਨੂੰ ਆਵਾਜ਼ ਮਾਰ ਕੇ ਰੋਟੀ ਦੇਵੇ ਤੈਨੂੰ ਤੇ ਮੈਂ ਵੀ ਆਈ ਹਾਂ ਤੇਰੇ ਡੈਡੀ ਦੀ ਗੱਲ ਸੁਣ ਠੀਕ ਹੈ ਸੰਦੀਪ ਆ ਰੋਟੀ ਲੈ ਆਓ ਸੰਦੀਪ ਲੈ ਆ ਰੋਟੀ ਹੁਣ ਰੋਟੀ ਤੇ ਮੈਂ ਤੁਹਾਨੂੰ ਲਿਆ ਦਿੰਨੀ ਆ ਮੇਰੀ ਗੱਲ ਸੁਣੋ ਹਾਂਜੀ ਰਿਸ਼ਤੇ ਦੀਆਂ ਗੱਲਾਂ ਹੁੰਦੀਆਂ ਸੀ ਮੈਂ ਘਰ ਦੀ ਛੁੱਟੀ ਆਇਆ ਹੁਣ ਜੋਬਨ ਆਹੋ ਇਹ ਤਾਂ ਚੱਲ ਵਧੀਆ ਵਾ ਤੇ ਜਿਹੜਾ ਮੈਂ ਰਿਸ਼ਤਾ ਕਰਾਉਣ ਦੀ ਉਹ ਕਿਹੜਾ ਮਾੜਾ ਵਾ ਸਰਕਾਰੀ ਜੋਬ ਵਾਲੀ ਕੁੜੀ ਲੱਭੀ ਆ ਉਸ ਨਹੀਂ ਪੋਣੀ ਗੱਲ ਤੇ ਤੇਰੇ ਵਾਲਾ ਕਰ ਲਿਆ ਨਾ ਤੇ ਮਾਸੀ ਨੇ ਨਾਰਾਜ਼ ਹੋਈ ਨਾ ਚਲੋ ਤੁਸੀਂ ਕਿਹੜਾ ਮੈਨੂੰ ਪੁੱਛ ਕੇ ਕਰਨਾ ਵਾ ਮੇਰੀ ਸਲਾਹ ਕਿਹੜਾ ਲੈਣੀ ਤੁਸੀਂ ਕਰਨੀ ਤੁਸੀਂ ਆਪਣੀ ਮਰਜ਼ੀ ਆ ਸਲਾਹ ਕੀਤੀ ਆ ਮੈਨੂੰ ਵੀ ਪੁੱਛਿਆ ਉਹਨਾਂ ਨੇ ਜੋਬਨ ਨੂੰ ਵੀ ਪੁੱਛਿਆ ਵਾ ਸਾਰੇ ਇਕੱਠੇ ਬੈਠੇ ਹੀ ਚਲੋ ਵੇਖ ਲਓ ਜਿੱਦਾਂ ਕਰਨੀ ਆ ਕੋਈ ਗੱਲ ਨਹੀਂ ਵੇਖ ਲੈਂਦੇ ਕੁੜੀ ਇਹਨੂੰ ਪਸੰਦ ਆ ਗਈ ਨਾ ਜੋਬਨ ਦੇ ਤੇ ਕਰ ਲਾਂਗੇ ਨਾ ਤੂੰ ਨਾਰਾਜ਼ ਹੋਵੇਂਗੀ ਨਾ ਮਾਸੀ ਨਾਰਾਜ਼ ਹੋਊਗੀ ਚਲੋ ਮੈਂ ਤਾਂ ਚੰਗਾ ਹੀ ਸੋਚਿਆ ਸੀ ਚਲੋ ਭਾਜੀ ਵੀ ਸਰਕਾਰੀ ਜੋਬ ਕਰਦੇ ਆ ਕੁੜੀ ਵੀ ਸਰਕਾਰੀ ਜੋਬ ਕਰਦੀ ਆ ਚਲ ਦੋਵੇਂ ਮਿਲ ਕੇ ਕੰਮ ਕਰਿਆ ਕਰਨਗੇ ਮੈਂ ਕਿਹੜਾ ਮਾੜਾ ਸੋਚਣ ਦੀ ਆ ਜੋ ਡੈਡੀ ਹੁਣੀ ਕਰਨਗੇ ਚੰਗਾ ਹੀ ਕਰਨਗੇ ਚਲੋ ਅੱਗੇ ਉਹਨਾਂ ਦੀ ਮਰਜ਼ੀ ਆ ਤੇ ਘਰ ਵੱਲੋਂ ਗੱਲ ਕੀ ਕਰਨ ਡੇ ਸੀ ਵੀ ਆਪਾਂ ਕਹਿਣ ਡੇ ਸੀ ਵੀ ਕੱਲ੍ਹ ਨੂੰ ਜੋਬਨ ਦਾ ਵਿਆਹ ਹੋਏ ਨਾ ਬਾਅਦ 'ਚੋਂ ਐਵੇਂ ਕਪੱਤ ਪਊਗਾ ਪਹਿਲਾਂ ਵੱਖਰੇ ਹੋ ਜਾਂਦੇ ਆ ਘਰ ਵੱਖਰਾ ਪਾ ਲੈਂਦੇ ਹਾਂ ਇੱਦਾਂ ਚੰਗੀ ਨਹੀਂ ਲੱਗੀਦਾ ਹਜੇ ਵਿਆਹ ਤਾਂ ਹੋਣ ਦਿਓ ਪਹਿਲਾਂ ਉਹ ਵਿਆਹ ਪਹਿਲਾਂ ਹੀ ਹੋਣਾ ਵਾ ਇਹ ਨੀਹਾਂ ਨੀਹਾਂ ਭਰ ਸਟਾਂਗੇ ਸਾਹਮਣੇ ਤਾਂ ਪਾਉਣਾ ਆਪਾਂ ਆਮੋ ਸਾਹਮਣੇ ਹੋਣਾ ਦੋਵਾਂ ਭਰਾਵਾਂ ਨੇ ਚਲੋ ਮੈਂ ਤਾਂ ਇਹੀ ਕਹਿਣ ਡਈ ਮਾਸੀ ਨੇ ਅੱਗੇ ਰਿਸ਼ਤਾ ਇੱਕ ਕਰਾ ਹੀ ਦਿੱਤਾ ਵਾ ਚੱਲ ਇੱਕ ਮੈਨੂੰ ਕਰਾਉਣ ਦਿਓ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਡੈਡੀ ਉਹਨੇ ਜੋ ਕਰਨਗੇ ਨਾ ਚੰਗਾ ਹੀ ਕਰਨਗੇ ਚਲੋ ਕੋਈ ਗੱਲ ਨਹੀਂ ਮੰਨਣੀ ਫਿਰ ਉਹਨਾਂ ਦੀ ਪੈਣੀ ਹੁਣ ਉਹ ਵੱਡੇ ਉਹਨਾਂ ਦੀ ਗੱਲ ਤਾਂ ਮੰਨਣੀ ਆ ਹਾਂਜੀ ਨਾ ਤੂੰ ਨਾਰਾਜ਼ ਹੋਵੇਂਗੀ ਤੇ ਨਾ ਮਾਸੀ ਨਾਰਾਜ਼ ਹੋਵੇਗੀ ਚਲੋ ਜਿੱਦਾਂ ਕਰਨੀ ਵੇਖ ਲਿਓ ਕੋਈ ਗੱਲ ਨਹੀਂ ਫਿਰ ਲਿਆ ਰੋਟੀ ਫਿਰ ਰੋਟੀ ਦੇ ਮੰਗੋ ਲਿਆਉਣੀ ਪੁਰਦੀਪ ਜੋਬਨ ਦਾ ਕਿੱਦਾਂ ਠੀਕ ਆ ਹਾਂ ਠੀਕ ਠਾਕ ਵਧੀਆ ਸਭ ਪਰਿਵਾਰ ਵਧੀਆ ਠੀਕ ਠਾਕ ਆ ਅੱਛਾ ਅੱਛਾ ਤੇ ਕਿੱਦਾਂ ਤੁਸੀਂ ਮੁੜ ਕੇ ਫਿਰ ਦੇ ਗਈ ਰੋਟੀ ਤੁਹਾਨੂੰ ਉਹ ਜਤਿੰਦਰ ਹਾਂ ਹਾਂ ਅੱਛਾ ਅੱਛਾ ਉਹ ਪਕਾ ਗਏ ਸੀ ਕੱਲ ਹਾਂ ਤੇ ਸਵੇਰੇ ਵੀ ਪਕਾ ਗਈ ਸੀਗੀ ਠੀਕ ਠੀਕ ਕਿਹਾ ਸੀ ਉਹਨੂੰ ਮੈਂ ਜਾਣਾ ਆ ਆਪਣੀ ਭੈਣ ਕੋਲ ਤੇ ਪਿੱਛੋਂ ਆਪਣੇ ਭਾਜੀ ਰੋਟੀ ਦੇ ਜੀ ਨਹੀਂ ਆ ਗਏ ਅੱਛਾ ਅੱਛਾ ਤੇ ਗੱਲ ਸੁਣੋ ਮੇਰੀ ਉੱਥੇ ਨਾ ਮੈਂ ਕਰਕੇ ਆਈ ਰਮਨ ਨਾਲ ਗੱਲ ਕਾਹਦੀ ਮੈਂ ਕਿਹਾ ਵੀ ਜੋਬਨ ਦਾ ਰਿਸ਼ਤਾ ਵੀ ਨਾ ਮੈਂ ਹੀ ਕਰਾਉਣਾ ਆ ਦਲਜੀਤ ਦਾ ਮੈਂ ਕਰਾਇਆ ਨਾ ਹੁਣ ਇਹ ਵੀ ਮੈਂ ਹੀ ਕਰਾਉਂਗੀ ਉਹ ਗੱਲ ਸੁਣ ਮੇਰੀ ਅੱਗੇ ਰਿਸ਼ਤਾ ਕਰਾਇਆ ਨਾ ਬੜਾ ਵਧੀਆ ਸਾਡਾ ਚੱਲਣ ਡਿਆ ਵਾ ਰਿਸ਼ਤੇਦਾਰੀ ਬਣੀ ਰਹਿਣ ਦੇ ਉਹ ਰਿਸ਼ਤੇਦਾਰ ਉਸ 'ਚ ਅੱਜ ਕੱਲ੍ਹ ਨਾ ਲਾਂਭੇ ਬੜੇ ਆ ਪਤਾ ਨਹੀਂ ਹੁੰਦਾ ਕਿੱਦਾਂ ਦਾ ਰਿਸ਼ਤਾ ਹੋਣਾ ਘੜੀ ਠੀਕ ਹੈ ਅਤੇ ਹੁਣ ਤਾਂ ਚੰਗਾ ਭਲਾ ਚੱਲਣ ਡਿਆ ਹੀ ਉਹ ਅਤੇ ਰਿਸ਼ਤੇਦਾਰੀ ਵਧੀਆ ਬਣੀ ਆ ਮੇਰੀ ਸੁਣੋ ਗੱਲ ਅੱਗੇ ਮਾੜਾ ਕਰਾਇਆ ਉਹ ਕੁੜੀ ਕਿੰਨੀ ਚੰਗੀ ਆ ਚੱਲ ਇੱਕ ਕਰਾਤਾ ਬਸ ਠੀਕ ਆ ਹੁਣ ਜ਼ਰੂਰੀ ਥੋੜ੍ਹਾ ਵੀ ਉਹ ਵੀ ਉੱਦਾਂ ਦਾ ਹੋਊਗਾ ਤੁਸੀਂ ਸਗੋਂ ਮੇਰਾ ਸਾਥ ਦਿਉ ਤੁਸੀਂ ਤਾਂ ਪਹਿਲਾਂ ਭਲਾ ਛੜਾਈ ਆਣ ਡਿਆ ਜੀ ਉਹ ਸਾਥ ਤੇਰਾ ਦਿੱਤਾ ਹੀ ਆ ਅੱਗੇ ਵੀ ਤਾਂ ਉਹ ਕੀਤਾ ਹੀ ਰਿਸ਼ਤਾ ਉਹਨਾਂ
ठीक है ना, मैं कहना पता नहीं होंदा दूजा रिश्ता जिहड़ा करवाउणा ना वो रहण दे आपे कर लैणगे ना आईए इस गल च। तू इदा कर, तू चुप करके ना जा चाह बना कप तो मैं जावां बंबी दे कमैन लगी आउण ते झोना वढ़ा ली जिहड़ा कम करना होणा। ठीक है ना, इन्हां गल्लां चा चल हुण आ वाले दो सूट ते कढे आ भरे आ भी जोत नूं एक बार पुछ लैनी आ भी किहड़ा पाउणा आ। चल फिर भी उहदी मर्जी ते चाहीदी आ ना। जोत आ गल सुनी मेरी बाहर आ गए पता नहीं की करन दी। हाँ जी भाभी जी। की करन दी? कुछ नहीं, मैं थोड़ा जा ड्राइंग रूम साफ करता। अच्छा अच्छा, हौली हौली करके दिवाली दियाँ सफाइयाँ मैं क्या करी जावा। चल कोई नहीं, सफाइयाँ तो हो ही जानियाँ वा, कोई नहीं किसी डा के करा लाँगे। हाँ जी, तो तू मैनू ये दस भी आ वेख सूट केड़ा पाउणा वा उधर नूं, उन्हां दा फोन आ गया वा उधरों। भाभी जी तुसीं वेख लो अपने हिसाब नाल, जिहड़ा कहोगे मैं तो उही पा लैणा आ। नहीं नहीं बहू, मर्जी ना तेरी भी चाहीदी आ। सूट मैं तैनूं ना दोवें आवे नवें कढ के लिया के दित्ते आ, चाहे आ वेख ला ते चाहे आ पा ला, जिहड़ा तैनूं पसंद वा। सूट ते भाभी जी दोवें बड़े सोहणे आ, तुसीं वी थोड़ी बहुती सलाह दो हाँ भी मैं केड़ा पावां। जे तूं फिर कहनी आ ना ते मैं फिर तैनूं इहो सलाह दिंदी भी आ वाला सूट पा ला। ठीक है भाभी जी, ये भी सूट बड़ा एक दे वैसे भी ना कलर भी सोहना आ। हाँ जी, उदा भी डार्क वा ते सोहना लगता इहो जिहे कम दे। कोई गल नहीं भाभी जी, जे तुसीं कहिंदे हो ना ते मैं ही सूट पा लूँगी। ਚੱਲ ਵੇਖ ਲਾ ਫਿਰ ਇਹੀ ਪਾ ਲਈ ਹੈ। ਹਾਂਜੀ ਤੇ ਮੈਂ ਚੱਲ ਰੱਖ ਫਿਰ ਇਹਨਾਂ ਨੂੰ ਅੰਦਰ ਹੈ ਤੇ ਪ੍ਰੈਸ ਕਰਕੇ ਤੇ ਰੱਖ ਲਾ। ਕੋਈ ਨਹੀਂ ਭਾਬੀ ਜੀ ਮੈਂ ਰੱਖ ਲੈਂਦੀ ਹਾਂ। ਮੈਂ ਕਹਿਣ ਦੀ ਹਾਂ ਅਜੇ ਤੁਸੀਂ ਕੱਲ੍ਹ ਪਰਸੋਂ ਹੀ ਗੱਲ ਦੇ ਇਹੀ ਕਰਨਾ ਤੇ ਵੇਖ ਲਓ ਤੁਸੀਂ ਤੇ ਝੱਟ ਮੇਰਾ ਵਿਆਹ ਕਰਨ 'ਤੇ ਆ ਗਏ ਜੀ। ਚੱਲ ਬਹੂ ਇੱਦਾਂ ਨਾ ਸੋਚ ਮਨ ਦੇ ਵਿੱਚ, ਹੁਣ ਇੱਕ ਨਾ ਇੱਕ ਦਿਨ ਤਾਂ ਕਰਨਾ ਹੀ ਪੈਣਾ ਸੀ। ਹੁਣ ਨਾ ਕਰਦੇ ਹੋਰ ਸਾਲ ਦੋ ਸਾਲ ਹਟ ਕੇ ਕਰਦੇ, ਕਰਨਾ ਤਾਂ ਪੈਣਾ ਸੀ ਨਾ। ਉਹ ਤਾਂ ਗੱਲ ਤੁਹਾਡੀ ਠੀਕ ਹੈ ਭਾਬੀ ਜੀ, ਅਤੇ ਨਾਲੇ ਜਦੋਂ ਘਰ ਬਾਹਰ ਚੰਗਾ ਲੱਭਾ ਹੋਵੇ ਨਾ, ਮੁੰਡਾ ਚੰਗਾ ਆ, ਤਾਂ ਹੋਰ ਸਾਨੂੰ ਉਹ ਕੀ ਚਾਹੀਦਾ ਵਾ ਹੈ ਨਾ। ਉਹ ਤਾਂ ਗੱਲ ਠੀਕ ਹੈ ਭਾਬੀ ਜੀ, ਕੋਈ ਗੱਲ ਨਹੀਂ ਤੁਸੀਂ ਕਰਨਾ ਵਾ, ਤੁਹਾਨੂੰ ਪਤਾ ਵਾ ਮੇਰੇ ਵਾਸਤੇ ਕੀ ਚੰਗਾ ਅਤੇ ਕੀ ਮਾੜਾ। ਅੱਗੇ ਕਿਹੜਾ ਤੁਸੀਂ ਕਦੀ ਮੇਰੇ ਵਾਸਤੇ ਮਾੜਾ ਸੋਚਿਆ ਵਾ, ਵਧੀਆ ਹੀ ਸੋਚੋਗੇ ਜੋ ਵੀ ਸੋਚੋਗੇ। ਚੱਲ ਵੇਖ ਬਾਊ, ਪਤਾ ਨਾ ਗੱਲ ਕੀ ਆ, ਜੇ ਮੰਮੀ ਡੈਡੀ ਸਿਰ 'ਤੇ ਹੁੰਦੇ ਨਾ ਫਿਰ ਸਾਨੂੰ ਤਾਂ ਕੋਈ ਟੈਨਸ਼ਨ ਨਹੀਂ ਸੀ ਹੋਣੀ, ਸਾਰੇ ਕੰਮ ਆਪੇ ਉਹਨਾਂ ਨੇ ਕਰ ਲੈਣੇ ਸੀ। ਹੁਣ ਉਹਨਾਂ ਦੀ ਥਾਂ 'ਤੇ ਅਸੀਂ ਕਰਨਾ ਆ ਸਾਰਾ, ਅਤੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੀ ਕਿਸੇ ਵੀ ਗੱਲ ਦੀ, ਜਿਹੜੀ ਵੀ ਕੋਈ ਚੀਜ਼ ਚਾਹੀਦੀ ਹੋਊਗੀ ਜਿੱਦਾਂ ਦਾ ਵੀ ਕੋਈ ਸਮਾਨ ਚਾਹੀਦਾ ਨਾ ਤੇ ਮੈਨੂੰ ਦੱਸ ਦੀ, ਕੋਈ ਨਹੀਂ ਜਾ ਕੇ ਸ਼ਹਿਰੋਂ ਤੇ ਲੈ ਆਵਾਂਗੇ। ਠੀਕ ਹੈ ਭਾਬੀ ਜੀ, ਮੈਂ ਫਿਰ ਕਰ ਲਾਂ ਇਹਨਾਂ ਨੂੰ ਪ੍ਰੈਸ। ਆਹੋ ਇਹਨਾਂ ਨੂੰ ਰੱਖ ਤੂੰ ਅੰਦਰ ਅਤੇ ਕੋਈ ਫਿਕਰ ਨਾ ਕਰੀ ਮਨ ਦੇ ਵਿੱਚ, ਠੀਕ ਵਾ ਨਾ? ਨਹੀਂ ਨਹੀਂ ਭਾਬੀ ਜੀ ਕੋਈ ਫਿਕਰ ਨਹੀਂ। ਚੱਲ ਹੈ ਤਾਂ ਵਿਚਾਰੀ ਚੰਗੀ ਆ, ਜਿੱਦਾਂ ਮੈਂ ਕਹਿੰਦੀ ਹਾਂ ਨਾ ਉੱਦਾਂ ਹੀ ਮੰਨ ਲੈਂਦੀ ਆ, ਅਤੇ ਪਰ ਇਹ ਆ ਵੀ ਮਾਂ ਪਿਓ ਦੀ ਯਾਦ ਤਾਂ ਆਉਂਦੀ ਆ ਨਾ, ਮਾਂ ਪਿਓ ਦੀ ਹੁਣ ਕਮੀ ਤਾਂ ਆਪਾਂ ਪੂਰੀ ਕਰ ਨਹੀਂ ਸਕਦੇ, ਪਰ ਇਹ ਆ ਵੀ ਚਲੋ ਜਿੰਨਾ ਕੁ ਸਾਡਾ ਫਰਜ਼ ਬਣਦਾ ਉਨਾ ਕਦੇ ਆਪਾਂ ਕਰਾਂਗੇ। ਹਰਪਿੰਦਰ। ਹਾਂਜੀ ਆ ਜਾਓ ਬਹਿ ਜਾਓ। ਕਿੱਥੋਂ ਆਏ ਆ ਤੁਸੀਂ? ਉਹ ਮੈਂ ਕਿੱਥੋਂ ਆਉਣਾ, ਬਲਜੀਤ ਵੱਲ ਗਿਆ ਸੀ ਅਤੇ ਉਹ ਕਹਿਣ ਡਿਆ ਪਰਸੋਂ ਦਾ ਪ੍ਰੋਗਰਾਮ ਰੱਖ ਲਓ। ਅੱਛਾ ਪਰਸੋਂ ਦਾ? ਆਹੋ। ਤੇ ਚਲੋ ਕੋਈ ਗੱਲ ਨਹੀਂ, ਠੀਕ ਵਾ ਤਿਆਰੀ ਆ ਆਪਣੀ। ਮੈਂ ਤੈਨੂੰ ਹਾਂ ਕਰ ਆਇਆ ਵਾਂ ਅਤੇ ਹੁਣ ਬਾਕੀ ਤੁਸੀਂ ਵੇਖ ਲਓ ਜਿਹੜਾ ਸਮਾਨ ਸਮੂਨ ਲਿਆਉਣਾ ਵਾ ਨਾ ਉਹ ਲੈ ਆਓ। ਨਹੀਂ ਨਹੀਂ ਸਮਾਨ ਸਮੂਨ ਕਾਹਦਾ ਲਿਆਉਣਾ ਵਾ, ਬਸ ਸੂਟ ਦੀ ਜ਼ਿਆਦਾ ਗੱਲ ਸੀ, ਅਤੇ ਸੂਟ ਤਾਂ ਹੈਗਾ ਸੀ ਘਰੇ ਅਤੇ ਮੈਂ ਉਹੀ ਜੋਤ ਨੂੰ ਕਿਹਾ ਮੈਂ ਚਲੋ ਉਹੀ ਪਾ ਲਾ। ਚੰਗਾ ਵਾ ਨਾ ਸੂਟ? ਨਹੀਂ ਬੜਾ ਵਧੀਆ ਵਾ ਸੂਟ। ਮੈਂ ਨਹੀਂ ਤਾਂ ਲੈ ਆਓ ਸ਼ਹਿਰੋਂ ਜਾ ਕੇ। ਨਹੀਂ ਨਹੀਂ ਨਵੇਂ ਹੀ ਆ ਸੂਟ, ਹੁਣ ਤਾਂ ਸਵਾਏ ਸੀ ਹਲੇ। ਚੱਲ ਇੱਕ ਦੱਸ ਲੈਣੇ ਸੀ ਨਾ ਉਹਨੂੰ। ਨਹੀਂ ਉਹਨੇ ਵੇਖ ਲਏ ਆ, ਕਰ ਲਿਆ ਆ ਪਸੰਦ। ਆਹੋ ਤੇ ਕੋਈ ਗੱਲ ਨਹੀਂ ਉਹ ਪਾ ਲੂਗੀ ਉਦਾਂ ਨੂੰ। ਚੱਲ ਕੋਈ ਗੱਲ ਨਹੀਂ ਫਿਰ ਆਪੇ ਉਹ ਪਾ ਲੂਗੀ। ਉਦਾਂ ਠੀਕ ਹੀ ਆ ਨਾ, ਖੁਸ਼ੀ ਆ ਨਾ? ਨਹੀਂ ਨਹੀਂ ਖੁਸ਼ੀ ਆ ਉਦਾਂ। ਕਹਿੰਦੀ ਤੇ ਨਹੀਂ ਕੁਛ? ਕਹਿਣਾ ਕੁਣਾ ਕੀ ਆ ਵਿਚਾਰੀ ਨੇ, ਮੰਮੀ ਡੈਡੀ ਹੁਣਾਂ ਵੱਲੋਂ ਥੋੜਾ ਜਿਹਾ ਕਰਦੀ ਆ ਮਨ ਦੇ ਵਿੱਚ। ਉਹ ਚੱਲ ਕੋਈ ਗੱਲ ਨਹੀਂ, ਹੁੰਦਾ ਵੀ ਆ ਬੰਦੇ ਨੂੰ, ਯਾਦ ਤੇ ਆਉਂਦੀ ਆ, ਤੇ ਤੂੰ ਉਹਨੂੰ ਕਹਿਣਾ ਸੀ, ਹੌਸਲਾ ਹੀ ਦੇਣਾ ਸੀ। ਨਹੀਂ ਨਹੀਂ ਮੈਂ ਤਾਂ ਬਥੇਰਾ ਸਮਝਾਇਆ ਸੀ ਵੀ ਕੋਈ ਨਹੀਂ ਤੂੰ ਸਾਡੇ ਹੁੰਦਿਆਂ ਫਿਕਰ ਨਾ ਕਰਿਆ ਕਰ ਕੋਈ ਵੀ। ਆਹੋ ਤੇਰਾ ਭਰਾ ਭਰਜਾਈ ਹੈਗੇ ਆ, ਤੂੰ ਕੱਲ੍ਹ ਹੀ ਟੈਨਸ਼ਨ ਲੈਂਦੀ ਆ। ਉਹਨੂੰ ਕਿਹਾ ਵੀ ਦੱਸ ਦੇ ਜਿਹੜੀ ਚੀਜ਼ ਚਾਹੀਦੀ ਆ ਨਾ ਤੈਨੂੰ, ਤੂੰ ਦੱਸ ਦੀ ਅਸੀਂ ਤੈਨੂੰ ਲਿਆ ਕੇ ਦੇਵਾਂਗੇ। ਨਹੀਂ ਨਹੀਂ ਮੈਂ ਤਾਂ ਕਿਹਾ ਸੀ, ਕੋਈ ਗੱਲ ਨਹੀਂ ਬਾਕੀ ਦੱਸ ਦੂਗੇ ਜੇ ਕੋਈ ਚੀਜ਼ ਦੀ ਲੋੜ ਹੋਊਗੀ ਤਾਂ ਕੋਈ ਨਹੀਂ ਲਿਆ ਦਾਂਗੇ ਜਾ ਕੇ। ਆਹੋ ਇਹ ਤਾਂ ਹੈ ਹੀ ਆ। ਉਹ ਮੈਂ ਤਾਂ ਰੁਪਿੰਦਰ ਇਹੋ ਸੋਚਣਾ ਵਾ ਵੀ ਕੁੜੀ ਦਾ ਭਾਰ ਲੱਥ ਦੇ ਨਾ ਸਿਰ ਤੋਂ, ਅਤੇ ਹੋਰ ਨਹੀਂ ਕੋਈ ਵੀ ਜ਼ਿੰਮੇਵਾਰੀ ਹੈਗੀ ਮੇਰੇ ਸਿਰ 'ਤੇ। ਉਹ ਚਲੋ ਕੋਈ ਗੱਲ ਨਹੀਂ, ਸਾਰੇ ਕੰਮ ਹੋ ਜਾਣੇ ਆ, ਐਵੇਂ ਇੱਦਾਂ ਟੈਨਸ਼ਨ ਨਾ ਲਿਆ ਕਰੋ, ਉਹ ਵਾਹਿਗੁਰੂ ਹੈਗਾ ਵਾ ਨਾ ਉੱਤੇ ਕਰਨ ਵਾਲਾ, ਸਾਰੇ ਕੰਮ ਠੀਕ ਠਾਕ ਹੋ ਜਾਣੇ ਆ। ਉਹ ਟੈਨਸ਼ਨ ਤਾਂ ਮਾੜੀ ਮੋਟੀ ਆ ਹੀ ਜਾਂਦੀ ਹੈ ਨਾ ਫਿਰ ਵੀ।
ਉਹ ਚਲੋ ਕੋਈ ਗੱਲ ਨਹੀਂ ਹੈ, ਇੱਦਾਂ ਕਰੋਗੇ ਤਾਂ ਫਿਰ ਕੀ ਹੋ ਜਾਊਗਾ।